ਤੋ ਵਧੇਰੇ ਭਾਰਤੀਆਂ ਨੂੰ ਜਾਰੀ ਕਰੇਗਾ ਵੀਜ਼ਾ ਅਮਰੀਕੀ ਸੰਸਦ ਮੈਂਬਰਾਂ ਤੋਂ ਗ੍ਰੀਨ ਕਾਰਡ ਤੇ 7% ਦੀ ਸੀਮਾ ਹਟਾਉਣ ਦੀ ਅਪੀਲ ਪਾਸਪੋਰਟਾਂ ਮਿਲਣ ਕਰਕੇ ਖੱਜਲਖੁਆਰ ਹੋ ਰਹੇ ਨੇ ਵਿਦਿਆਰਥੀ ਲੀਬੀਆ ਚ ਭਾਰਤੀਆਂ ਸਮੇਤ 21 ਗੈਰ ਕਾਨੂੰਨੀ ਪ੍ਰਵਾਸੀਆਂ ਦਾ ਸਮੂਹ ਗ੍ਰਿਫਤਾਰ ਯੂਕੇ ਵਿੱਚ ਗੈਰ ਕਾਨੂੰਨੀ ਕੰਮਾਂ ਵਿਰੁੱਧ ਚੱਲੀ ਮੁਹਿੰਮ ਭਾਰਤੀ ਡਿਲੀਵਰੀ ਡਰਾਈਵਰ ਗ੍ਰਿਫਤਾਰ ਕੈਨੇਡਾ ਚ ਕੁਮਾਂਤਰੀ ਵਿਦਿਆਰਥੀਆਂ ਦੀ ਆਮਦ ਤੇ ਮਾੜਾ ਅਸਰ ਪਾ ਸਕਦੀ ਹੈ ਹੜਤਾਲ ਕੈਨੇਡੀਅਨ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਦੇ ਲਈ ਵੱਡੀ ਮਿਹਨਤ। ਗਰੂਚ ਨੇ ਆਪਣੇ ਨਾਗਰਿਕਾਂ ਨੂੰ ਕੈਨੇਡਾ ਯਾਤਰਾ ਸੰਬੰਧੀ ਐਡਵਾਈਜ਼ਰੀ ਕੀਤੀ ਜਾਰੀ। ਸਿੰਗਾਪੁਰ ਦੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਵੀਜ਼ਾ ਲਈ ਫਰਜ਼ੀ ਬਿਆਰ ਚਾਉਣ ਦੇ ਦੋਸ਼ ਵਿੱਚ ਛੇਲ। ਅਮਰੀਕਾ ਇਸ ਸਾਲ ਭਾਰਤੀਆਂ ਨੂੰ 10 ਲੱਖ ਤੋਂ ਵੱਧ ਵੀਜ਼ੇ ਜਾਰੀ ਕਰਨ ਦੀ ਦਿਸ਼ਾ ਵੱਲ ਵਧ ਰਿਹਾ ਹੈ। ਵਾਈਡਨ ਪ੍ਰਸ਼ਾਸਨ ਦੇ ਵਿੱਚ ਦੱਖਣੀ ਏਸ਼ੀਆਈ ਲਈ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਵਾਈਡਨ ਪ੍ਰਸ਼ਾਸਨ ਉਹਨਾਂ ਸਾਰੇ ਭਾਰਤੀਆਂ ਲਈ ਵਿਦਿਆਰਥੀ ਵੀਜ਼ਾ ਦੀ ਪ੍ਰਕਿਰਿਆ ਨੂੰ ਇਸ ਗਰਮੀ ਦੇ ਵਿੱਚ ਪੂਰਾ ਕਰੇਗਾ ਜਿਨ੍ਹਾਂ ਦੇ ਸਕੂਲ ਸਤੰਬਰ ਵਿੱਚ ਸ਼ੁਰੂ ਹੋਣ ਵਾਲੇ ਨੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਅਸਿਸਟੈਂਟ ਸੈਕਟਰੀ ਆਫ ਸਟੇਟ ਡੋਨਲਡ ਲੂ ਨੇ ਇਸ ਹਫ਼ਤੇ ਦੱਸਿਆ ਕਿ ਉਹ ਵਰਕ ਵੀਜ਼ਾ ਨੂੰ ਵੀ ਪਹਿਲ ਦੇ ਰਹੇ ਹਨ ਜ਼ਿਕਰ ਯੋਗ ਹੈ ਕਿ ਭਾਰਤ ਦੇ ਵਿੱਚ ਆਈਟੀ ਪੇਸ਼ੇਵਰਾਂ ਤੇ H1B ਅਤੇ L ਵੀਜ਼ਾ ਦੀ ਬਹੁਤ ਮੰਗ ਹੈ H1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਖਾਸ ਵਿਸ਼ੇਸ਼ਤਾਵਾਂ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਕਰਨ ਦੀ ਆਗਿਆ ਦਿੰਦਾ ਹੈ ਟੈਕਨੋਲੋਜੀ ਕੰਪਨੀਆਂ ਭਾਰਤ ਅਤੇ ਚਾਈਨਾ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਦੀ ਭਰਤੀ ਕਰਨ ਲਈ ਇਸ ਤੇ ਨਿਰਭਰ ਕਰਦੀਆਂ ਨੇ ਦੂਨੇ ਕਿਹਾ 80 ਇਸ ਸਾਲ 10 ਲੱਖ ਤੋਂ ਵੱਧ ਵੀਜ਼ਾ ਜਾਰੀ ਕਰਨ ਦੇ ਰਾਹ ਵੱਲ ਵਧ ਰਹੇ ਆ ਵਿਦਿਆਰਥੀ ਵੀਜ਼ਾ ਤੇ ਪ੍ਰਵਾਸੀ ਵੀਜ਼ਾ ਦੀ ਰਿਕਾਰਡ ਸੰਖਿਆ ਦੇ ਨਾਲ ਇਹ ਸਾਡੇ ਲਈ ਹੁਣ ਤੱਕ ਤਾਂ ਸਭ ਤੋਂ ਵੱਧ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਭਾਰਤੀਆਂ ਲਈ ਵਿਦਿਆਰਥੀ ਵੀਜ਼ਾ ਦੀ ਪ੍ਰਕਿਰਿਆ ਨੂੰ ਇਸ ਗਰਮੀਆਂ ਦੇ ਵਿੱਚ ਪੂਰਾ ਕਰ ਦਿੱਤਾ ਜਾਏਗਾ ਜਿਨ੍ਹਾਂ ਦੇ ਸਕੂਲ ਸਤੰਬਰ ਦੇ ਵਿੱਚ ਸ਼ੁਰੂ ਹੋਣੇ ਨੇ ਭਾਰਤ ਵਿੱਚ ਪਹਿਲੀ ਵਾਰ ਵੀਜ਼ਾ ਬਿਨੇ ਕਾਰਾਂ ਲਈ ਉਡੀਕ ਦੀ ਮਿਆਦ ਵੱਧ ਰਹੀ ਹੈ ਔਰ ਅਮਰੀਕਾ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਾਮਲੇ ਵਿੱਚ ਭਾਰਤ ਹੁਣ ਦੁਨੀਆ ਦੇ ਦੂਸਰੇ ਨੰਬਰ ਤੇ ਸਿਲੀਕਾਨ ਵੈਲੀ ਦੇ ਭਾਰਤੀ ਅਮਰੀਕੀ ਭਾਈਚਾਰੇ ਦੇ ਪ੍ਰਮੁੱਖ ਨੇਤਾ ਤੇ ਉਦਯੋਗਪਤੀ ਅਜੇ ਜੈਨ ਪਟੋਰੀਆ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਗ੍ਰੀਨ ਕਾਰਡ ਦੇ ਲਈ ਦੇਸ਼ਾਂ ਦੇ ਆਧਾਰ ਤੇ ਮੌਜੂਦਾ 7% ਕੈਪ ਨੂੰ ਹਟਾਉਣ ਦੀ ਅਪੀਲ ਕੀਤੀ ਹੈ ਗ੍ਰੀਨ ਕਾਰਡ ਜਾਂ ਸਥਾਈ ਨਿਵਾਸ ਦਰਜਾ ਅਮਰੀਕਾ ਵਿੱਚ ਪ੍ਰਵਾਸੀਆਂ ਨੂੰ ਜਾਰੀ ਕੀਤਾ ਜਾਂਦਾ ਹੈ ਜਿਸ ਵਿਅਕਤੀ ਦੇ ਕੋਲ ਗ੍ਰੀਨ ਕਾਰਡ ਹੁੰਦਾ ਹੈ ਉਹ ਦੇਸ਼ ਵਿੱਚ ਪੱਕੇ ਤੌਰ ਤੇ ਰਹਿ ਸਕਦਾ ਹੈ ਬੁੱਧਵਾਰ ਨੂੰ ਰਾਜਧਾਨੀ ਦੇ ਵਿੱਚ ਆਯੋਜਿਤ ਅਮਰੀਕਾ ਭਾਰਤ ਸਿਖਰ ਸੰਮੇਲਨ ਚ ਬੋਲਦੇ ਹੋਏ ਪਟੋਰੀਆ ਨੇ ਕਿਹਾ ਜੇਕਰ H1 ਵੀਜ਼ਾ ਤੇ ਕੋਈ ਕੈਪ ਨਹੀਂ ਹੈ ਤਾਂ ਇਹ ਗ੍ਰੀਨ ਕਾਰਡ ਦੇ ਲਈ ਕਿਉਂ ਹੈ ਪ੍ਰਟੋਰੀਆ ਨੇ ਇੱਥੇ ਆਯੋਜਿਤ ਸਿਖਰ ਸੰਮੇਲਨ 'ਚ ਕਿਹਾ ਜਦੋਂ ਸਾਡੇ ਕੋਲ ਆਪਣੀਆਂ ਕੰਪਨੀਆਂ ਕਾਰੋਬਾਰ ਅਤੇ ਅਰਥ ਵਿਵਸਥਾ ਦਾ ਸਮਰਥਨ ਕਰਨ ਲਈ H1 ਵੀਜ਼ਾ ਦੇਣ ਦੀ ਦੇਸ਼ ਦੀ ਸੀਮਾ ਨਹੀਂ ਹੈ ਤਾਂ ਗ੍ਰੀਨ ਕਾਰਡ ਦੀ ਸੀਮਾ ਕਿਉਂ ਜ਼ਰੂਰੀ ਹੈ ਗ੍ਰੀਨ ਕਾਰਡ ਨੂੰ ਲੈ ਕੇ ਦੇਸ਼ਾਂ ਦੇ ਹਿਸਾਬ ਦੇ ਨਾਲ ਗਿਣਤੀ ਦੀ ਸੀਮਾ ਹੈ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਹਰ ਸਾਲ ਲਗਭਗ 1.40 ਹਜ਼ਾਰ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਜਾਰੀ ਕੀਤੇ ਜਾ ਸਕਦੇ ਨੇ ਹਾਲਾਂਕਿ ਇਹਨਾਂ ਵਿੱਚੋਂ ਕੇਵਲ 7% ਗ੍ਰੀਨ ਕਾਰਡ ਹੀ ਕਿਸੇ ਇੱਕ ਦੇਸ਼ ਦੇ ਲੋਕਾਂ ਨੂੰ ਮਿਲ ਸਕਦੇ ਨੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਹਰ ਸਾਲ ਲੋਕ ਖਾਸ ਕਰ ਨੌਜਵਾਨ ਵਰਗ ਵਿਦੇਸ਼ਾਂ ਵਿੱਚ ਪੜਨ ਤੋਂ ਇਲਾਵਾ ਕੰਮ ਕਰਨ ਲਈ ਜਾਂਦੇ ਨੇ ਪਰ ਕਈ ਵਾਰ ਨੌਜਵਾਨ ਵਰਗ ਨੂੰ ਪਾਸਪੋਰਟ ਮਿਲਣ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਖੇਤਰੀ ਪਾਸਪੋਰਟ ਦਫ਼ਤਰ ਦੇ ਵਿੱਚ ਪਾਸਪੋਰਟ ਬਣਵਾਉਣ ਅਤੇ ਹੋਰ ਕੰਮ ਕਰਵਾਉਣ ਦੇ ਲਈ ਅਪਾਇੰਟਮੈਂਟਸ ਕਈ-ਕਈ ਮਹੀਨੇ ਬਾਅਦ ਦੀਆਂ ਮਿਲ ਰਹੀਆਂ ਨੇ ਤੇ ਜੇਕਰ ਕਿਸੇ ਵਿਦਿਆਰਥੀ ਨੂੰ ਆਈਐਸ ਦੀ ਪ੍ਰੀਖਿਆ ਦੇਣ ਦੇ ਲਈ ਜ਼ਰੂਰੀ ਪਾਸਪੋਰਟ ਬਣਵਾਉਣਾ ਹੈ ਤਾਂ ਕਈਆਂ ਨੂੰ ਨਾਬਾਲਗ ਹੋਣ ਕਰਕੇ ਮਾਤਾ-ਪਿਤਾ ਸਮੇਤ ਤਤਕਾਲ ਵਿੱਚ ਪਾਸਪੋਰਟ ਬਣਵਾਉਣਾ ਪੈਂਦਾ ਹੈ ਪਰ ਨੌਜਵਾਨਾਂ ਨੂੰ ਤਤਕਾਲ ਵਿੱਚ ਪਾਸਪੋਰਟ ਨਾ ਮਿਲਣ ਕਰਕੇ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਇੱਕ ਜਾਣਕਾਰੀ ਦੇ ਮੁਤਾਬਕ ਲੋਕਾਂ ਵੱਲੋਂ ਜੇਕਰ ਤਤਕਾਲ ਵਿੱਚ ਜ਼ਿਆਦਾ ਫੀਸ ਦੇ ਕੇ ਪਾਸਪੋਰਟ ਬਣਵਾਉਣ ਦੇ ਲਈ ਤਰੀਕ ਲਈ ਜਾਂਦੀ ਹੈ ਤਾਂ ਲੋਕ ਪਾਸਪੋਰਟ ਬਣਾਉਣ ਦੇ ਲਈ ਜਲੰਧਰ ਪਾਸਪੋਰਟ ਅਧਿਕਾਰੀਆਂ ਦੇ ਕੋਲ ਪਹੁੰਚਦੇ ਨੇ ਇਹ ਜਾਣਕਾਰੀ ਇੱਕ ਨਿੱਜੀ ਅਖਬਾਰ ਦੇ ਵਿੱਚ ਛਪੀ ਹੈ ਤਾਂ ਉਹਨਾਂ ਨੂੰ ਤਤਕਾਲ ਵਿੱਚ ਪਾਸਪੋਰਟ ਅਪਲਾਈ ਕਰਾਂ ਦਾ ਨੁਕਸਾਨ ਦਾ ਕਾਰਨ ਪੁੱਛਿਆ ਜਾਂਦਾ ਹੈ ਜਿਸ ਤੇ ਤਤਕਾਲ ਵਿੱਚ ਪਾਸਪੋਰਟ ਬੜਵਾਉਣ ਆਈ ਲੋਕਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਬੱਚੇ ਨਾਬਾਲਗ ਨੇ ਅਤੇ ਉਹ ਵਿਦੇਸ਼ ਪੜਨ ਦੇ ਲਈ ਜਾਣਾ ਚਾਹੁੰਦੇ ਨੇ ਜਾਂ ਉਹਨਾਂ ਦੇ IELTS ਦਾ ਪੇਪਰ ਦੇਣਾ ਹੈ ਤੇ IELTS ਦੀ ਪ੍ਰੀਖਿਆ 'ਚ ਬੈਠਣ ਦੇ ਲਈ ਪਾਸਪੋਰਟ ਹੋਣਾ ਜ਼ਰੂਰੀ ਹੈ ਨਾਬਾਲਗ ਦਾ ਪਾਸਪੋਰਟ ਤਾਂ ਬਣ ਸਕਦਾ ਹੈ ਪਰ ਜੇਕਰ ਬੱਚੇ ਦੇ ਮਾਤਾ ਪਿਤਾ ਦਾ ਪਾਸਪੋਰਟ ਬਣਿਆ ਹੋਈ ਇਸ ਦੇ ਲਈ ਉਹਨਾਂ ਨੇ ਤਤਕਾਲ ਦੇ ਵਿੱਚ ਪਾਸਪੋਰਟ ਅਪਲਾਈ ਕੀਤਾ ਤਾਂ ਮਾਤਾ ਪਿਤਾ ਦੇ ਪਾਸਪੋਰਟ ਬਣਨ ਤੇ ਬੱਚੇ ਦਾ ਪਾਸਪੋਰਟ ਅਪਲਾਈ ਕਰਕੇ ਬੱਚੇ ਦਾ ਪਾਸਪੋਰਟ ਬਣਵਾਇਆ ਜਾ ਸਕੇ ਪਾਸਪੋਰਟ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੱਲੋਂ ਲੋਕਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਤੇ ਉਹਨਾਂ ਨੂੰ ਵਾਪਸ ਪੀਛ ਦਿੱਤਾ ਜਾਂਦਾ ਹੈ ਸਵਾਰੇ ਪੁੱਛਣ ਤੇ ਅਧਿਕਾਰੀ ਕਹਿੰਦੇ ਨੇ ਐਨੇ ਤਤਕਾਲ ਪਾਸਪੋਰਟ ਬਣਾਉਣ ਦੀ ਉਹਨਾਂ ਨੂੰ ਆਗਿਆ ਨਹੀਂ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਦੀ ਆਗਿਆ ਨਹੀਂ ਹੈ ਤਾਂ ਲੋਕਾਂ ਦੀਆਂ ਤਤਕਾਲ ਦੀਆਂ ਅਰਜ਼ੀਆਂ ਕਿਉਂ ਭਰੀਆਂ ਜਾ ਰਹੀਆਂ ਨੇ ਦੂਜੇ ਪਾਸੇ ਅਪਾਇੰਟਮੈਂਟਸ 3 ਮਹੀਨੇ ਬਾਅਦ ਦੀਆਂ ਮਿਲਦੀਆਂ ਨੇ ਜੇਕਰ ਮਾਤਾ ਪਿਤਾ ਨੂੰ 3 ਮਹੀਨੇ ਬਾਅਦ ਹੀ ਪਾਸਪੋਰਟ ਬਣਾਉਣ ਦੀ ਟ੍ਰਿਕ ਮਿਲਦੀ ਹੈ ਤਾਂ ਉਹਨਾਂ ਦੇ ਪਾਸਪੋਰਟ ਬਣਨ ਤੋਂ ਬਾਅਦ ਬੱਚੇ ਦੇ ਪਾਸਪੋਰਟ ਬਣਵਾਉਣ ਦੇ ਲਈ 3 ਮਹੀਨੇ ਦਾ ਹੋਰ ਇੰਤਜ਼ਾਰ ਕਰਨਾ ਪਏਗਾ ਇਸੇ ਤਰ੍ਹਾਂ ਨਾਲ ਬੱਚੇ ਦਾ ਪਾਸਪੋਰਟ ਬਣਨ ਦੇ ਲਈ 6 ਮਹੀਨੇ ਲੱਗ ਜਾਣਗੇ ਇਸ ਮਾਮਲੇ 'ਚ ਖੇਤਰੀ ਪਾਸਪੋਰਟ ਅਫਸਰ ਦੇ ਨਾਲ ਸੰਪਰਕ ਨਹੀਂ ਹੋ ਸਕਿਆ ਲੀਬੀਆ ਦੀ ਰਾਜਧਾਨੀ ਟ੍ਰਿਪੋਲੀ ਤੋਂ ਲਗਭਗ 55 ਕਿਲੋਮੀਟਰ ਪੂਰਬ ਦੇ ਵਿੱਚ ਗਰਾਬ ਬੁਲੀ ਦੇ ਤੱਟ ਤੋਂ 21 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਇੱਕ ਸਮੂਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੀਬੀਆ ਦੀ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ ਲੀਬੀਆ ਦੇ ਗ੍ਰਹਿ ਮੰਤਰਾਲਾ ਦੇ ਵਿਦੇਸ਼ ਆਪਰੇਸ਼ਨ ਵਿਭਾਗ ਨੇ ਵੀਰਵਾਰ ਨੂੰ ਫੇਸਬੁੱਕ ਤੇ ਇੱਕ ਬਿਆਨ ਚਕਾ ਕਿ ਖੋਜ ਅਤੇ ਜਾਂਚ ਤੋਂ ਬਾਅਦ ਗਸ਼ਤੀ ਦਲਾਂ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਆਪਰੇਸ਼ਨ ਨੂੰ ਅਸਫਲ ਕਰਨ ਵਿੱਚ ਕਾਮਯਾਬ ਰਹੇ ਅਤੇ ਗਹਿਰਾ ਬੁਲੀ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਕੰਮ ਦੇ ਲਈ ਵਰਤੇ ਗਏ ਇੱਕ ਕਾਰ ਦੇ ਅੰਦਰ 21 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਗ੍ਰਫਤਾਰ ਕੀਤੇ ਗਏ ਪ੍ਰਵਾਸੀ ਬੰਗਲਾਦੇਸ਼, ਪਾਕਿਸਤਾਨ, ਮਿਸਰ ਅਤੇ ਭਾਰਤ ਦੇ ਨੇ ਸਮਾਚਾਰ ਏਜੰਸੀ ਸ਼ਨੂਹਾ ਦੀ ਰਿਪੋਰਟ ਦੇ ਮਤਾਬਕ ਲੀਬੀਆ ਦੇ ਤੱਟ ਰਖਕਾਂ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਕੁੱਲ 61 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਹੈ ਅਤੇ ਗਾਰਾ ਬੁਲੀ ਦੇ ਤੱਟ ਤੋਂ ਇੱਕ ਬੱਚੇ ਸਮੇਤ 11 ਹੋਰ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਨੇ 2011 ਚ ਮਰਹੂਮ ਨੇਤਾ ਮੁਮਰ ਗਦਾਫੀ ਦੇ ਸ਼ਾਸਨ ਦੇ ਪਤਨ ਤੋਂ ਬਾਅਦ ਦੇਸ਼ ਵਿੱਚ ਅਸੁਰੱਖਿਆ ਅਤੇ ਹਫੜਾ-ਦਫੜੀ ਦੇ ਕਾਰਨ ਬਹੁਤ ਸਾਰੇ ਪ੍ਰਵਾਸੀ ਜ਼ਿਆਦਾਤਰ ਅਫਰੀਕੀ ਲੀਬੀਆ ਤੋਂ ਭੂਮਤ ਸਾਗਰ पार ਕਰਕੇ ਯੂਰੋਪੀ ਕਿਨਾਰਿਆਂ ਤੱਕ ਜਾਣ ਦੀ ਚੋਣ ਕਰਦੇ ਨੇ ਲੀਬੀਆ ਦੇ ਅਧਿਕਾਰੀਆਂ ਦੇ ਦੁਆਰਾ કુલ 4335 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਜਾ ਰੁਕਿਆ ਗਿਆ ਇਸ ਦੌਰਾਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੇ ਅਨੁਸਾਰ ਲੀਬੀਆ ਦੇ ਤੱਟ ਤੋਂ ਮੱਧ ਭੂਮਤ ਸਾਗਰ ਮਾਰਗ ਤੇ 310 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 227 ਹੋਰ ਲਾਪਤਾ ਹੋ ਗਏ ਯੂਕੇ ਵਿੱਚ ਫੂਡ ਸਪਲਾਈ ਕੰਪਨੀਆਂ ਦੇ ਲਈ ਗੈਰ ਕਾਨੂੰਨੀ ਤੌਰ ਤੇ ਕੰਮ ਕਰਨ ਦੇ ਲਈ 60 ਮੋਪੇਡ ਡਿਲੀਵਰੀ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਵਿੱਚ ਕਈ ਭਾਰਤੀ ਸ਼ਾਮਲ ਨੇ ਇਹ ਕਾਰਵਾਈ ਗੈਰ ਕਾਨੂੰਨੀ ਪ੍ਰਵਾਸ ਦੇ ਖਿਲਾਫ ਇੱਕ ਹਫ਼ਤੇ ਤੋਂ ਚੱਲੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਹੈ ਬ੍ਰਿਟੇਨ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ ਗ੍ਰਿਫਤਾਰ ਕੀਤੇ ਗਏ ਡਿਲੀਵਰੀ ਡਰਾਈਵਰਾਂ ਦੇ ਵਿੱਚ ਭਾਰਤੀਆਂ ਤੋਂ ਇਲਾਵਾ ਬ੍ਰਾਜ਼ੀਲ ਅਤੇ ਅਲਜੀਰੀਆ ਦੇ ਲੋਕ ਵੀ ਸ਼ਾਮਲ ਨੇ ਉਹਨਾਂ ਨੂੰ ਗੈਰਕਾਨੂੰਨੀ ਕੰਮ ਕਰਨ ਅਤੇ ਝਾਲੀ ਦਸਤਾਵੇਜ਼ ਰੱਖਣ ਸਮੇਤ ਹੋਰ ਅਪਰਾਧਾਂ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਮੰਗਲਵਾਰ ਨੂੰ ਤਾਜ਼ਾ ਅੰਕੜੇ ਜਾਰੀ ਕਰਦੇ ਹੋਏ ਦਾਵਾ ਕੀਤਾ ਕਿ ਭਾਰਤ ਹੁਣ ਛੋਟੀਆਂ ਕਿਸ਼ਤੀਆਂ ਤੇ ਗੈਰਕਾਨੂੰਨੀ ਤਰੀਕੇ ਦੇ ਨਾਲ ਇੰਗਲਿਸ਼ ਚੈਨਲ ਪਾਰ ਕਰਨ ਵਾਲੇ ਪ੍ਰਵਾਸੀਆਂ ਦਾ ਦੂਜਾ ਸਭ ਤੋਂ ਵੱਡਾ ਸਮੂਹ ਹੈ ਇਸ ਸਾਲ ਜਨਵਰੀ ਤੋਂ ਮਾਰਚ ਦੇ ਦਰਮਿਆਨ 675 ਦਾ ਅੰਕੜਾ ਦਰਜ ਕੀਤਾ ਗਿਆ ਗ੍ਰੇ ਮਾਮਲਿਆਂ ਬਾਰੇ ਮੰਤਰੀ ਸੋਇਲਾ ਨੇ ਕਿਹਾ ਕਿ ਗੈਰ ਕਾਨੂੰਨੀ ਕੰਮ ਸਾਡੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਮਾਨਦਾਰ ਕਰਮਚਾਰੀਆਂ ਨੂੰ ਰੋਜ਼ਗਾਰ ਤੋਂ ਵਾਂਝਾ ਕਰਦਾ ਹੈ ਤੇ ਜਨਤਕ ਖਜ਼ਾਨੇ ਨੂੰ ਧੋਖਾ ਦਿੰਦਾ ਹੈ ਭਾਰਤੀ ਮੂਲ ਦੇ ਮੰਤਰੀ ਨੇ ਕਿਹਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਅਸੀਂ ਆਪਣੇ ਕਾਨੂੰਨਾਂ ਅਤੇ ਸਰਹੱਦ ਦੀ ਦੁਰਵਰਤੋਂ ਨੂੰ ਰੋਕਣ ਲਈ ਹੋਰ ਤੇਜ਼ੀ ਨਾਲ ਅੱਗੇ ਵਧਣ ਦੇ ਲਈ ਬਰੇਡਾਂ ਵਰੇਬਰ ਮੈਨ ਨੇ ਕਿਹਾ ਕਿ ਬ੍ਰਿਟਿਸ਼ ਜਨਤਾ ਇੱਕ ਲੇਬਰ ਮਾਰਕੀਟ ਦੇ ਹੱਕਦਾਰ ਹੈ ਜੋ ਨਿਰਪੱਖ ਅਤੇ ਇਮਾਨਦਾਰ ਹੈ ਅਤੇ ਵਿਸ਼ਵਾਸ ਹੈ ਕਿ ਉਹ ਜੋ ਸਮਾਨ ਅਤੇ ਸੇਵਾਵਾਂ ਖਰੀਦਦੇ ਨੇ ਜਾਇਜ਼ ਕਾਰੋਬਾਰਾਂ ਤੇ ਸਾਡੀਆਂ ਇਨਫੋਰਸਮੈਂਟ ਟੀਮਾਂ ਇਮੀਗ੍ਰੇਸ਼ਨ ਅਪਰਾਧ ਨੂੰ ਰੋਕਣ ਅਤੇ ਜਨਤਕ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੇ ਵਿਵਹਾਰ ਨੂੰ ਬਦਲਣ ਦੇ ਲਈ 24 ਘੰਟੇ ਕੰਮ ਕਰ ਰਹੀਆਂ ਨੇ ਇਸ ਵਿੱਚ ਫੂਡ ਸਪਲਾਈ ਕੰਪਨੀਆਂ ਲਈ ਗੈਰ ਕਾਨੂੰਨੀ ਤੌਰ ਤੇ ਕੰਮ ਕਰਨ ਦੇ ਲਈ 60 ਮੋਪੇਡ ਡਿਲੀਵਰੀ ਡਰਾਈਵਰਾਂ ਨੂੰ ਗ੍ਰਫਤਾਰ ਕੀਤਾ ਗਿਆ ਇਹਨਾਂ ਵਿੱਚ ਕਈ ਭਾਰਤੀ ਸ਼ਾਮਲ ਨੇ ਇਹ ਕਾਰਵਾਈ ਗੈਰ ਕਾਨੂੰਨੀ ਪ੍ਰਵਾਸ ਦੇ ਖਿਲਾਫ ਇੱਕ ਹਫ਼ਤੇ ਤੋਂ ਚੱਲ ਰਹੀ ਮਿਹਨ ਦੇ ਹਿੱਸੇ ਵਜੋਂ ਕੀਤੀ ਗਈ ਹੈ ਬ੍ਰਿਟੇਨ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ ਗ੍ਰਫਤਾਰ ਕੀਤੇ ਗਏ ਡਿਲੀਵਰੀ ਡਰਾਈਵਰਾਂ ਦੇ ਵਿੱਚ ਭਾਰਤੀਆਂ ਤੋਂ ਇਲਾਵਾ ਬ੍ਰਾਜ਼ੀਲ ਅਤੇ ਅਲਜੀਰੀਆ ਦੇ ਲੋਕ ਵੀ ਸ਼ਾਮਲ ਨੇ ਉਹਨਾਂ ਨੂੰ ਗੈਰ ਕਾਨੂੰਨੀ ਕੰਮ ਕਰਨ ਅਤੇ ਜਾਲੀ ਦਸਤਾਵੇਜ਼ ਰੱਖਣ ਸਮੇਤ ਹੋਰ ਅਪਰਾਧਾਂ ਦੇ ਦੋਸ਼ਾਂ ਤਹਿਤ ਗ੍ਰਫਤਾਰ ਕੀਤਾ ਗਿਆ ਬ੍ਰਿਟੇਨ ਦੀ ਗ੍ਰਹਿ ਵਿਭਾਗ ਨੇ ਮੰਗਲਵਾਰ ਨੂੰ ਤਾਜ਼ਾ ਅੰਕੜੇ ਜਾਰੀ ਕਰਦੇ ਹੋਏ ਦਾਵਾ ਕੀਤਾ ਕਿ ਭਾਰਤੀ ਹੁਣ ਛੋਟੀਆਂ ਕਿਸ਼ਤੀਆਂ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੰਗਲਿਸ਼ ਚੈਨਲ ਪਾਰ ਕਰਨ ਵਾਲੀ ਪ੍ਰਵਾਸੀਆਂ ਦਾ ਦੂਜਾ ਸਭ ਤੋਂ ਵੱਡਾ ਸਮੂਹ ਹੈ ਇਸ ਸਾਲ ਜਨਵਰੀ ਤੋਂ ਮਾਰਚ ਦਰਮਿਆਨ 665 ਦਾ ਅੰਕੜਾ ਦਰਜ ਕੀਤਾ ਗਿਆ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਸੋਇਲਾ ਨੇ ਕਿਹਾ ਕਿ ਗੈਰ ਕਾਨੂੰਨੀ ਕੰਮ ਸਾਡੇ ਭਾਈਚਾਰਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਮਾਨਦਾਰ ਕਰਮਚਾਰੀਆਂ ਨੂੰ ਰੋਜ਼ਗਾਰ ਤੋਂ ਵਾਂਝਾ ਕਰਦਾ ਹੈ ਤੇ ਜਨਤਕ ਖਜ਼ਾਨੇ ਨੂੰ ਧੋਖਾ ਦਿੰਦਾ ਹੈ ਭਾਰਤੀ ਮੁੱਢੀ ਮੰਤਰੀ ਨੇ ਕਿਹਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਅਸੀਂ ਆਪਣੇ ਕਾਨੂੰਨਾਂ ਅਤੇ ਸਰਹੱਦਾਂ ਦੀ ਦਰਵਰਤੋਂ ਨੂੰ ਰੋਕਣ ਦੇ ਲਈ ਹੋਰ ਤੇਜ਼ੀ ਦੇ ਨਾਲ ਅੱਗੇ ਵਧ ਰਹੇ ਹਨ। ਕੈਨੇਡਾ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਕੁਮਾਂਤਰੀ ਵਿਦਿਆਰਥੀਆਂ ਦੀ ਆਮਦ ਤੇ ਮਾੜਾ ਅਸਰ ਪਾ ਸਕਦੀ ਹੈ। ਫੈਡਰਲ ਕਾਮਿਆਂ ਦੀ ਹੜਤਾਲ ਦੇ ਚੱਲਦਿਆਂ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰਕਿਰਿਆ ਠੱਪ ਹੋਣ ਕਾਰਨ ਬਹੁਤ ਸਾਰੇ ਲੋਕ ਚਿੰਤਾ ਵਿੱਚ ਡੁੱਬ ਗਏ ਨੇ। ਉਧਰ ਸਤੰਬਰ ਇਨਟੇਕ ਲਈ ਕੈਨੇਡਾ ਆਉਣ ਦੀ ਯੋਜਨਾ ਬਣਾ ਰਹੇ ਭਾਰਤ ਸਣੇ ਹੋਰ ਮੁਲਕਾਂ ਦੇ ਵਿਦਿਆਰਥੀ ਵੀ ਸੋਚਣ ਦੇ ਲਈ ਮਜਬੂਰ ਹੋ ਗਏ ਨੇ ਕਿ ਆਖਰਕਾਰ ਕਦੋਂ ਤੱਕ ਇਹ ਹੜਤਾਲ ਚੱਲੇਗੀ ਕੈਨੇਡਾ ਤੇ ਅਮਰਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਦੇ ਲਈ ਕੈਨੇਡਾ ਵਿੱਚ ਵਿਰੋਧੀ ਧਿਰ ਦੇ ਨੇਤਾ ਪੀਆਰ ਵੱਲੋਂ ਵਿੱਢੀ ਗਈ ਮੁਹਿੰਮ ਦਾ ਫਲਾਈ ਅਮਰਸਰ ਇਨੀਸ਼ੀਏਟਿਵ ਨੇ ਪੂਰ ਜ਼ੋਰ ਸਵਾਗਤ ਕੀਤਾ ਹੈ ਗੌਰਤਲਬ ਹੈ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਲਈ ਬਿਹਤਰ ਹਵਾਈ ਸੰਪਰਕ ਸਥਾਪਿਤ ਕਰਨ ਦੇ ਲਈ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ ਬੀਤੇ ਦਿਨੀ ਕੰਜ਼ਰਵਟਿਵ ਪਾਰਟੀ ਦੇ ਨੇਤਾ ਨੇ 온ਟਾਰੀਓ ਸੂਬੇ ਦੇ ਸ਼ਹਿਰ ਬ੍ਰੈਂਪਟਨ ਵਿੱਚ ਆਪਣੀ ਪਾਰਟੀ ਵੱਲੋਂ ਕਰਵਾਏ ਗਏ ਇੱਕ ਪਰਮੇਸ ਸਮਾਗਮ ਦੇ ਵਿੱਚ ਕੈਨੇਡਾ ਦੀ ਮੌਜੂਦਾ ਸਰਕਾਰ ਤੇ ਨਿਸ਼ਾਨਾ ਸਾਧਦੇ ਹਾਂ ਕਿਹਾ ਕੀ ਪੰਜਾਬੀ ਭਾਈਚਾਰਾ ਲੰਬੇ ਸਮੇਂ ਤੋਂ ਕੈਨੇਡਾ ਅਤੇ ਅੰਮ੍ਰਿਤਸਰ ਦੇ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਵਿੱਚ ਸਰਕਾਰ ਵੱਲੋਂ ਸਹੂਲਤ ਦੇਣ ਦੀ ਮੰਗ ਕਰ ਰਿਹਾ ਪਰ ਕਈ ਸਾਲਾਂ ਬਾਅਦ ਵੀ ਲਿਬਰਲ ਸਰਕਾਰ ਇਸ ਮੰਗ ਨੂੰ ਪੂਰਾ ਕਰਨ ਦੇ ਵਿੱਚ ਸਫਲ ਰਹੀ ਹੈ ਰੂਸ ਦੇ ਵਿਦੇਸ਼ ਮੰਤਰੀ ਅਲਾ ਨੇ ਆਪਣੀ ਨਾਗਰਿਕਾਂ ਨੂੰ ਕੈਨੇਡਾ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ ਇਸ ਦੇ ਲਈ ਉਹਨਾਂ ਨੇ ਰੂਸੀਆਂ ਦੇ ਵਿਰੁੱਧ ਸਰੀਰਕ ਹਿੰਸਾ ਸਮੇਤ ਵਿਤਕਰੇ ਦੇ ਕਈ ਮਾਮਲਿਆਂ ਦਾ ਹਵਾਲਾ ਦਿੱਤਾ ਹੈ ਗੌਰਤਲਬ ਹੈ ਕਿ ਕੈਨੇਡਾ ਮਾਸਕੂ ਦੀਆਂ ਫੌਜਾਂ ਖਿਲਾਫ جنگ ਵਿੱਚ ਯੂਕਰੇਨ ਦਾ ਸਭ ਤੋਂ ਵੱਧ ਸਮਰਥਕ ਹੈ ਅਤੇ ਉੱਥੇ ਸੈਂਕੜੇ ਰੂਸੀ ਅਧਿਕਾਰੀਆਂ ਤੇ ਕੰਪਨੀਆਂ ਤੇ ਪਾਬੰਦੀਆਂ ਦੇ ਨਾਲ-ਨਾਲ ਵਿਆਪਕ ਪੱਦਰ ਤੇ ਵਪਾਰਕ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ ਰੂਸੀ ਵਿਦੇਸ਼ ਮੰਤਰਾਲੇ ਨੇ ਇੱਕ ਐਡਵਾਈਜ਼ਰੀ ਦੇ ਵਿੱਚ ਕਿਹਾ ਕਿ ਜੇ ਤੁਸੀਂ ਪਹਿਲਾਂ ਹੀ ਕੈਨੇਡਾ ਵਿੱਚ ਹੋ ਤਾਂ ਅਸੀਂ ਤੁਹਾਨੂੰ ਖਾਸ ਤੌਰ ਤੇ ਜਨਤਕ ਥਾਵਾਂ ਤੇ ਚੌਕਸ ਰਹਿਣ ਦੀ ਅਪੀਲ ਕਰਦੇ ਹਾਂ 2 April ਦੀ ਐਡਵਾਈਜ਼ਰੀ ਮੰਤਰਾਲਾ ਦੇ ਮੁੱਖ ਟੈਲੀਗ੍ਰam ਚੈਨਲ ਤੇ ਪੋਸਟ ਕੀਤੀ ਗਈ ਸੀ ਕੈਨੇਡੀਅਨ ਵਿਦੇਸ਼ ਮੰਤਰਾਲਾ ਟਿੱਪਣੀ ਦੇ ਲਈ ਤੁਰੰਤ ਉਪਲਬਧ ਨਹੀਂ ਸੀ ਪਿਛਲੇ ਸਾਲ ਰੂਸ ਦੀ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਥੋੜੀ ਦੇਰ ਬਾਅਦ ਕੈਨੇਡਾ ਨੇ ਨਾਗਰਿਕਾਂ ਨੂੰ ਰੂਸ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਸੀ ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇੱਕ ਬਜ਼ੁਰਗ ਨੂੰ 6 ਮਹੀਨਿਆਂ ਲਈ ਜੇਲ੍ਹ ਦੀ سزا ਸੁਣਾਈ ਗਈ ਹੈ ਅਸਲ ਵਿੱਚ ਉਸਨੇ ਆਪਣੇ ਸਾਥੀ ਦੇ ਵੀਜ਼ਾ ਦੀ ਤਾਰੀਖ ਨੂੰ ਵਧਾਉਣ ਦੇ ਲਈ ਤੋਖਾ ਦਾ ਤਰੀਕਾ ਅਪਣਾਇਆ ਸੀ ਉਸਨੇ ਇਮੀਗ੍ਰੇਸ਼ਨ ਲਾਭ ਦਿਵਾਉਣ ਦੇ ਲਈ ਆਪਣੇ ਸਹਿਕਰਮੀ ਅਤੇ ਆਪਣੀ ਭਤੀਜੀ ਵਿਚਕਾਰ ਫਰਜ਼ੀ ਵਿਆਹ ਕਰਵਾਇਆ ਸੀ ਪਾਕਿਸਤਾਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਖਬਰਾਂ ਫਿਲਹਾਲ ਬਰਨਕੋਡ ਮਾਨੂ ਦੇ ਆਕਿਆ ਤੇ ਤੁਸੀਂ ਸਾਡਾ YouTube ਚੈਨਲ ਪੰਜਾਬ ਮੀਲ USCTV ਜ਼ਰੂਰ ਸਬਸਕ੍ਰਾਈਬ ਕਰਦੇ ਹੋ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ